ਬਿੱਟੂ ਆਪਣੀ ਔਕਾਤ 'ਚ ਰਹਿ, ਮੇਰੇ ਪੰਡਿਤ ਜੀ ਨੂੰ ਡਿਸਟਰਬ ਨਾ ਕਰ। ਉਹ ਪੰਡਿਤ ਜੀ, ਆਹ ਮੋਟਰ ਵਾਲੀ ਥਾਂ ਲੱਭਦੇ ਲੱਭਦੇ ਸਾਨੂੰ ਕਦੋਂ ਦਾ ਖਿੱਚੀ ਫਿਰਦੇ ਹੋ? ਇੰਨਾ ਤਾਂ ਪਾਣੀ ਧਰਤੀ 'ਚੋਂ ਨਹੀਂ ਨਿਕਲਣਾ ਜਿੰਨਾ ਸਾਡੇ ਸਰੀਰਾਂ 'ਚੋਂ ਕੱਢਦਾ। ਪੰਡਿਤ ਜੀ, ਮੈਂ ਕਹਿੰਦਾ ਆਪਾਂ ਸਮਰਸੀਬਲ ਲਾਉਣ ਦੀ ਬਜਾਏ ਇਹਦੀ ਧੁਨੀ 'ਤੇ ਮੱਛੀ ਪੰਪ ਨਾਲ ਲਾ ਲਈਏ, ਜਿਹੜਾ ਇੰਨਾ ਪਾਣੀ ਇਕੱਠਾ ਕਰੀ ਫਿਰਦਾ, ਬਕਵਾਸ ਕਰਨ ਨੂੰ ਨਹੀਂ ਹਟਦਾ। ਪੰਡਿਤ ਜੀ, ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ। ਉਹ ਮੈਂ ਤਾਂ ਐਂ ਪਤਾ ਕਰਨਾ ਸੀ ਵੀ ਹੋਰ ਕਿੰਨਾ ਕੁ ਟਾਈਮ ਲੱਗੂ। ਤੂੰ ਘਰੇ ਜਾ ਕੇ ਮੰਜਾ ਪਾਉਣਾ। ਆਇਓ ਰੱਬਾ। ਮਿਲ ਗਈ ਆਹ ਜਗ੍ਹਾ ਵਧੀਆ, ਇੱਥੇ ਲਾਓ ਮੋਟਰ। ਜੇ ਪਾਣੀ ਸ਼ਰਤੀਆ ਖੰਡ ਵਰਗਾ ਮਿੱਠਾ ਨਾ ਨਿਕਲਿਆ ਤਾਂ ਮੈਨੂੰ ਪੰਡਿਤ ਸਵੇਰ ਚੰਦ ਕੀ ਨੇ ਕਹਿਣਾ? ਭਾਈ ਜੇ ਸਵੇਰ ਚੰਦ ਹੋ ਤਾਂ ਹੀ ਤਾਂ ਸਵੇਰੇ ਸਵੇਰੇ ਥਾਂ ਲੱਭ ਲਈ, ਜੇ ਕੋਈ ਹੋਰ ਹੁੰਦਾ ਇਸੇ ਕੰਮ ਨੂੰ ਸ਼ਾਮ ਪਾ ਦੇਣੀ ਸੀ। ਪੰਡਿਤ ਜੀ, ਜੇ ਪਾਣੀ ਇੰਨਾ ਮਿੱਠਾ ਨਿਕਲੂ ਨਾ ਫਿਰ ਤਾਂ ਰਹਿ ਨਹੀਂ ਦਿਓ। ਸਰਦਾਰ ਜੀ ਤਾਂ ਪਹਿਲਾਂ ਹੀ ਇੰਨੀ ਸ਼ੂਗਰ ਹੈ। ਸ਼ੂਗਰ ਬਲਵੰਤ ਸਿੰਘ ਪੂਨੀਆਂ ਨੂੰ ਆ, ਜ਼ਮੀਨ ਨੂੰ ਨਹੀਂ। ਜੇ ਪਾਣੀ ਮਿੱਠਾ ਨਿਕਲੂਗਾ ਨਾ ਤਾਂ ਸਮਝ ਲਾਂਗੇ ਇੱਕ ਪੰਥ ਦੋ ਕਾਜ, ਨਾਲੇ ਤਾਂ ਗੰਨਾ ਵਾਧੂ ਮਿੱਠਾ ਹੋਇਆ ਕਰੂ, ਨਾਲੇ ਜਿੱਦਣ ਚਿੱਤ ਕਰਿਆ ਕਰੂ ਉਦੋਂ ਸ਼ਵੀਲ ਲਾ ਲਿਆ ਕਰਾਂਗੇ। ਤੈਨੂੰ ਮੇਰੀ ਸ਼ੂਗਰ ਬਾਰੇ ਤਾਂ ਬੜਾ ਪਤਾ, ਤੇ ਜਿਹੜਾ ਮੇਰਾ ਬਲੱਡ ਪ੍ਰੈਸ਼ਰ ਵੱਧਦਾ ਉਹਦੇ ਬਾਰੇ ਨਹੀਂ ਪਤਾ? ਤੁਹਾਡਾ ਬਲੱਡ ਪ੍ਰੈਸ਼ਰ ਕਦੋਂ ਵੱਧਦਾ? ਜਦੋਂ ਤੂੰ ਚਾਵਲ ਮਾਰਦਾ। ਜੇ ਆ ਸਾਰਾ ਵਾਹਣ ਲੰਘ ਕੇ ਆਹ ਥਾਂ ਚੁਣੀ ਆ ਤਾਂ ਕਿਸੇ ਗੱਲ ਪਿੱਛੇ ਹੀ ਚੁਣੀ ਆ। ਹੁਣ ਤਾਂ ਜੋ ਪੰਡਿਤ ਜੀ ਕਹਿਣਗੇ ਉਹੀ ਕਰੂਗਾ ਬਲਵੰਤ ਸਿੰਘ ਪੂਨੀਆ। ਪੰਡਿਤ ਜੀ, ਤੁਸੀਂ ਬਿੱਟੂ ਦੀਆਂ ਗੱਲਾਂ 'ਤੇ ਨਾ ਜਾਓ, ਤੁਹਾਡਾ ਕਿਹਾ ਸਿਰ ਮੱਥੇ। ਮੈਂ ਪਹਿਲਾਂ ਹੀ ਤੁਹਾਡੀ ਗੱਲ ਨਾ ਮੰਨ ਕੇ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਚੁੱਕਿਆ ਰਾਜਵੀਰ ਦੀ ਮਾਂ ਨੂੰ ਖੋ ਕੇ, ਪਰ ਹੁਣ ਨਹੀਂ। ਹੁਣ ਲੱਭ ਗਈ ਸਾਲਿਆ, ਉਹ ਮਰ ਗਈ ਸੀ। ਰਾਜਵੀਰ ਤੋਂ ਯਾਦ ਆਇਆ, ਉਹਦੇ ਵਿਆਹ ਬਾਰੇ ਕੀ ਸੋਚਿਆ? ਸੋਚਣਾ ਕੀ ਹੈ ਪੰਡਿਤ ਜੀ, ਮਾਡਰਨ ਖਿਆਲਾਂ ਦਾ ਮੁੰਡਾ, ਉਹਨੇ ਕਾਲਜ 'ਚੋਂ ਕੁੜੀ ਲੱਭ ਕੇ ਆਪੇ ਕਰਾ ਕਰੂ ਲੈਣਾ। ਯਾਰ ਕਰਾਉਣ ਨੂੰ ਤਾਂ ਗੱਤ ਵੀ ਤਾਂ ਕਿਹੜਾ ਮਰਜ਼ੀ ਨਾ ਕਰਾ ਲੂਗਾ। ਰਾਜਵੀਰ ਪਲਿਆ ਭਾਵੇਂ ਆਪਣੇ ਨਾਨਕੇ ਮਾਮੇ ਕੋਲ ਆ, ਪਰ ਖੂਨ ਤਾਂ ਮੇਰਾ ਹੀ ਆ ਨਾ। ਅੱਜ ਤੱਕ ਨਾ ਉਹਨੇ ਕਦੇ ਮੇਰਾ ਕਹਿਣਾ ਮੋੜਿਆ ਤੇ ਨਾ ਹੀ ਗਾਹ ਨੂੰ ਮੋੜੂਗਾ। ਤੁਸੀਂ ਪੰਡਿਤ ਜੀ ਜਿੱਥੇ ਉਂਗਲ ਕਰੋਗੇ ਉੱਥੇ ਉਹਦਾ ਵਿਆਹ ਕਰ ਦਿਆਂਗੇ, ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਉਂਗਲ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਕਰਿਓ ਜਿੱਧਰ ਕਰਨੀ ਹੈ। ਠੀਕ ਹੈ ਫਿਰ, ਜਿੱਥੇ ਮੈਂ ਕਹੂੰਗਾ ਉੱਥੇ ਅੱਖਾਂ ਮੀਚ ਕੇ ਵਿਆਹ ਕਰ ਦਿਓ। ਪੰਡਿਤ ਜੀ, ਵਿਆਹ ਸ਼ਾਦੀ ਵਾਲੇ ਕੰਮ ਤਾਂ ਅੱਖਾਂ ਮੀਚ ਕੇ ਹੀ ਹੁੰਦੇ ਆ, ਅੱਖਾਂ ਖੋਲ ਕੇ ਤਾਂ ਫਿਰ ਇਹੀ ਜਿਹੇ ਨਗੋਚਾ ਹੀ ਨਿਕਲਦੀਆਂ। ਨਾਲੇ ਅੱਜ ਤੱਕ ਜਿੰਨੀ ਵੀ ਇੱਜ਼ਤ ਬੁਣੀ ਆ ਜ਼ਬਾਨ ਦੇ ਸਿਰ 'ਤੇ ਹੀ ਬੁਣੀ ਆ। ਐਵੇਂ ਨਹੀਂ ਲੋਕ ਕਹਿੰਦੇ ਕਿ ਜ਼ਬਾਨ ਦੇ ਕੇ ਕਦੇ ਨਹੀਂ ਮੁੱਕਰਿਆ ਬਲਵੰਤ ਸਿੰਘ ਪੂਨੀਆ। ਵੈਸੇ ਰਾਜਵੀਰ ਅੱਜ ਕੱਲ੍ਹ ਹੈ ਕਿੱਥੇ ਹੈ? ਲਓ ਜੀ, ਮੇਰਾ ਪਿਆਰ ਭਰਿਆ ਦਿਲ ਆਪਣੇ ਹੱਥ ਨਾਲ ਬਣਾ ਕੇ ਲੈ ਕੇ ਆਇਆ। ਹਾਂ ਕੀ ਕੀਤਾ ਯਾਰ, ਮੈਂ ਨੀ ਮਿਹਨਤ ਨਾਲ ਬਣਾ ਕੇ ਲੈ ਕੇ ਆਇਆ ਸੀ, ਮਿੰਟ 'ਚ ਹੀ ਮਲੀਆਮੇਟ ਕਰਤਾ। ਹਰਮਨ, ਕੀ ਹੋਇਆ? ਕੀ ਹੋਇਆ ਮੈਨੂੰ ਪੁੱਛ ਰਿਹਾ? ਰਾਜਵੀਰ, ਤੈਨੂੰ ਪਤਾ ਅਸੀਂ ਫਸਟ ਈਅਰ 'ਚ ਹੁੰਦੇ ਸੀ ਜਦੋਂ ਆਪਣਾ ਅਫੇਅਰ ਸ਼ੁਰੂ ਹੋਇਆ। ਸਾਡੇ ਜਿਹੜੇ ਜੂਨੀਅਰ ਹੁੰਦੇ ਸੀ ਨਾ, ਉਹਨਾਂ ਦੇ ਬੱਚੇ ਵੀ ਸਕੂਲ ਜਾਣ ਲੱਗ ਗਏ ਨੇ, ਤੇ ਤੇਰੀ ਦੋ ਵਾਰ ਰੀਅਪੇਅਰ ਆਈ ਸੀ ਇੰਗਲਿਸ਼ 'ਚੋਂ, ਜਿਹੜੀ ਹੁਣ ਕਲੀਅਰ ਹੋ ਗਈ ਹੈ। ਪਰ ਸਾਡੇ ਰਿਲੇਸ਼ਨਸ਼ਿਪ 'ਚ ਮੈਂ ਕਿੱਥੇ ਖੜੀ ਹਾਂ ਇਹ ਕਲੀਅਰ ਨਹੀਂ ਹੋ ਰਿਹਾ। ਮੈਂ ਸਮਝਿਆ ਨਹੀਂ ਯਾਰ। ਸਮਝਿਆ ਨਹੀਂ ਕਿ ਸਮਝਣਾ ਚਾਹੁੰਦਾ ਹੀ ਨਹੀਂ ਆ? ਰਾਜਵੀਰ, ਅਸੀਂ ਵਿਆਹ ਕਦੋਂ ਕਰਾ ਰਹੇ ਹਾਂ? ਲੈ, ਬਹੁਤ ਜ਼ਿਆਦਾ ਤੇਰੇ ਕੋਲ ਨਾ ਗੱਲਾਂ ਦਾ ਸਿਰਫ ਕੜਾ ਹੈ, ਨਾ ਤੂੰ ਮੈਨੂੰ ਘਰਦਿਆਂ ਨਾਲ ਮਿਲਾਇਆ, ਉਹ ਤੇਰਾ ਤੇ ਫੇਸਬੁੱਕ ਸਟੇਟਸ ਵੀ ਹਲੇ ਤੱਕ ਸਿੰਗਲ ਦੱਸ ਰਿਹਾ। ਰਾਜਵੀਰ, ਜਿੰਨਾ ਟਾਈਮ ਮੈਂ ਤੇਰੇ ਨਾਲ ਵੇਸਟ ਕੀਤਾ ਨਾ, ਇੰਨੇ ਨੂੰ ਮੈਂ ਬੀਐਡ ਦੀ ਤਿਆਰੀ ਕੀਤੀ ਹੁੰਦੀ ਨਾ, ਕਿਤੇ ਟੌਪ ਦੀ ਟੀਚਰ ਲੱਗੀ ਹੋਣਾ ਸੀ ਮੈਂ। ਤੈਨੂੰ ਗੁੱਸਾ ਕਿਹੜੀ ਗੱਲ ਦਾ? ਮੇਰੇ ਫੇਸਬੁੱਕ ਤੇ ਸਿੰਗਲ ਸਟੇਟਸ ਦਾ ਜਾਂ ਤੇਰੀ ਬੀਐਡ ਕਲੀਅਰ ਨਾ ਹੋਣ ਦਾ? ਰਾਜਵੀਰ, ਇੱਕ ਗੱਲ ਕਲੀਅਰ ਕਰ, ਘਰਦਿਆਂ ਨਾਲ ਕਦੋਂ ਮਿਲਾ ਰਿਹਾ? ਬਹੁਤ ਜਲਦ, ਹੁਣ ਨਹੀਂ ਬਸ।
ਜਾਂ ਤੇ ਤੂੰ ਮੈਨੂੰ ਘਰਦਿਆਂ ਨਾਲ ਮਿਲਾ, ਵਿਆਹ ਦੀ ਗੱਲ ਕਰ, ਜਾਂ ਫਿਰ ਮੈਂ ਬ੍ਰੇਕਅਪ ਵਾਲਾ ਸਟੇਟਸ ਅਪਲੋਡ ਕਰਨ ਲੱਗੀ ਆ। ਫਿਰ ਤੂੰ ਨਾ ਪਾਉਂਦਾ ਨੀ ਸਟੇਟਸ ਦਵਿੰਦਰ ਕੋਹੀਨੂਰ ਦੇ ਸੈਡ ਸੌਂਗਸ ਦੇ। ਸੋਚ ਲਾ, ਮੈਨੂੰ ਛੋੜ ਕੇ ਅਗਰ ਤੂੰ ਜਾਓਗੇ, ਬੜਾ ਪਛਤਾਓਗੇ, ਬੜਾ ਪਛਤਾਓਗੇ। ਓ ਜਾਨੀ ਜੀ, ਮੈਂ ਤੇ ਅੱਗੇ ਬੜਾ ਪਛਤਾ ਰਹੀ ਆ ਤੁਹਾਡੇ ਨਾਲ ਗੱਲ ਕਰਕੇ। ਫੈਮਿਲੀ ਨੂੰ ਮਿਲਣਾ ਨਾ ਤੂੰ। ਤੈਨੂੰ ਪਤਾ ਨਾ ਹਰਮਨ, ਜਦੋਂ ਮੈਂ ਨਿੱਕਾ ਸੀਗਾ। ਓਹੋ, ਸਾਰੀ ਗੱਲ ਪਤਾ, ਸਾਰੀ ਗੱਲ ਪਤਾ। ਜਦੋਂ ਤੂੰ ਨਿੱਕਾ ਹੁੰਦਾ ਸੀ, ਮੰਮੀ ਜੀ ਗੁਜ਼ਰ ਗਏ ਸੀ, ਮਾਮਾ ਮਾਮੀ ਜੀ ਦੇ ਨਾਲ ਵੱਡਾ ਹੋਇਆ ਹੈ, ਉਹਨਾਂ ਨੂੰ ਰੱਬ ਮੰਨਦਾ ਹੈ, ਡੈਡੀ ਜੀ ਵੀ ਬਹੁਤ ਚੰਗੇ ਨੇ, ਸਾਰਾ ਕੁਝ ਬਹੁਤ ਚੰਗਾ ਹੈ, ਮੈਨੂੰ ਪੂਰੀ ਗੱਲ ਪਤਾ ਹੈ। ਤੇ ਨਾਲੇ ਇਹ ਜਿਹੜੀ ਤੇਰੀ ਸਟੋਰੀ ਹੈ ਨਾ ਬਈ, ਹਰ ਤੀਜੀ ਹਿੰਦੀ ਫਿਲਮ ਦੀ ਇਹੀ ਸਟੋਰੀ ਹੁੰਦੀ ਹੈ, ਪਰ ਇਸ ਗੱਲ ਦਾ ਸਾਡੇ ਵਿਆਹ ਨਾਲ ਕੀ ਲੈਣਾ ਦੇਣਾ ਹੈ? ਹਾਂ, ਪਹਿਲਾਂ ਮਾਮਾ ਮਾਮੀ ਨੂੰ ਮਿਲ ਲਈਏ, ਹੈ ਨਾ?